ਦੁਨੀਆ ਹੁਣ ਸ਼ਹੀਦਾਂ ਦਾ ਨਾਮ ਲਈ ਅੰਮ੍ਰਿਤ ਬਣਦਾ ਏ, ਦੁਨੀਆ ਹੁਣ ਸ਼ਹੀਦਾਂ ਦਾ ਨਾਮ ਲਈ ਅੰਮ੍ਰਿਤ ਬਣਦਾ ਏ, ਆਹ
ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਗੱਜ ਕੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਖਾਲਸੇ ਦੇ ਪ੍ਰਗਟ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਇਹ ਸਮੁੱਚਾ ਹਫ਼ਤਾ ਸਤਿਗੁਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤਰਨ ਪਰਸੇ ਜਾ ਰਹੇ ਹਨ। ਕੱਲ ਦੁਪਹਿਰ ਦੇ ਦੀਵਾਨ ਸਾਜੇ ਸਨ, ਅੱਜ ਸ਼ਾਮਾਂ ਦੇ ਦੀਵਾਨਾਂ ਦੀ ਅਹਿਮਤਾ ਹੈ। ਸਮਾਂ ਮਿਲਿਆ ਹੈ ਦਾਸਰਿਆਂ ਨੂੰ ਕੁੱਝ ਵਿਚਾਰਾਂ ਦੀ ਸਾਂਝ ਮਨਾਉਣ ਦਾ, ਸਤਿਗੁਰ ਮਹਾਰਾਜ ਜੀ ਦੇ ਤਰਨ ਪਰਸਾਂ ਦਾ ਜਤਨ ਕਰਨ ਲੱਗੇ ਸਨ। ਵਿਚਾਰਾਂ ਦੀ ਅਹਿਮਤਾ ਤੋਂ ਪਹਿਲਾਂ ਦੀਨਦਿਆਲ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਵਿੱਚ ਅਰਦਾਸ ਬੇਨਤੀ ਜੋੜੀ ਬੰਧਣਾ ਹੈ। ਮਨ ਦੇ ਵਿੱਚ ਇੱਕ ਭਰੋਸਾ ਰੱਖ ਕੇ ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ, ਜੋ ਮੰਗਦੇ ਹਾਂ ਉਹ ਮਿਲਦਾ ਹੈ, ਭਰੋਸਾ ਹੋਣਾ ਚਾਹੀਦਾ ਆਪਣੇ ਖਸਮ ਦੇ ਉੱਪਰ, ਆਪਣੇ ਗੁਰੂ ਦੇ ਉੱਪਰ। ਇਹ ਆਸ ਭਰੋਸਾ ਸਤਿਗੁਰ ਤੇ ਰੱਖਦੇ ਹਾਂ, ਇਹ ਅਰਦਾਸ ਦੀ ਜਲ ਪਾਤਸ਼ਾਹ ਦੀ ਕਿਰਪਾ ਕਰ, ਆਪ ਸਮੁੱਚੀਆਂ ਸੰਗਤਾਂ ਦੀ ਹਾਜ਼ਰੀ ਤੱਕ ਪ੍ਰਵਾਨ ਕਰ, ਸਰਬੱਤ ਦੇ ਕਾਰਨ ਦਾਸ ਕਰ, ਸਭਨਾਂ ਦੀਆਂ ਮਨੋਭਾਵਨਾਵਾਂ ਪੂਰਨ ਕਰ, ਚੜ੍ਹਦੀ ਕਲਾ ਦਾ ਜੀਵਨ ਬਖਸ਼ਣ। ਜੋ ਵੀ ਆਸਾਂ ਮੁਰਾਦਾਂ ਲੈ ਕੇ ਆ ਰਹੇ ਹੋ, ਸਤਿਗੁਰ ਮਹਾਰਾਜ ਉਹਨਾਂ ਆਸਾਂ ਮੁਰਾਦਾਂ ਨੂੰ ਦੂਰ ਪਾਉਣ, ਸਭਨਾਂ ਨੂੰ ਗੁਰਸਿੱਖੀ ਦਾ ਜੀਵਨ, ਗੁਰਮਤ ਦੇ ਸਿਧਾਂਤ ਦੇ ਧਾਰਨੀ ਬਣਾਉਣ, ਇੱਕ ਚੰਗੇ ਮਨੁੱਖ ਦੇ ਵਾਂਗ ਜੀਵਨ ਜਿਉਣ ਦੀ ਜਾਤ ਸੌਣ। ਇਹ ਅਰਦਾਸ ਹੈ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਦੀ ਜਲ ਪਾਤਸ਼ਾਹ ਕਿਰਪਾ ਕਰਨ ਸਭਨਾਂ ਦੇ ਸਰੀਰ ਤੇ ਮੇਰਾ ਭਰਿਆ ਹੱਥ ਰੱਖਣ। ਆਓ ਮਿਲੇ ਹੋਏ ਸਮੇਂ ਨੂੰ ਸਫਲ ਕਰਨ ਦਾ ਯਤਨ ਕਰੀਏ, ਕੁਝ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਬਣਾਉਣੀ ਹੈ। ਖਾਲਸੇ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਹੋ ਕਰਕੇ ਇਹ ਸਮਾਗਮ ਸਜਾਏ ਜਾ ਰਹੇ ਹਨ, ਯਤਨ ਕਰਨ ਲੱਗੇ ਹਨ। ਜਿਹੜਾ ਖਾਲਸਾ ਸਤਿਗੁਰ ਨੇ ਪ੍ਰਗਟ ਕੀਤਾ, ਉਸ ਖਾਲਸੇ ਦੇ ਜੋਹਰ ਆਪ ਜੀ ਦੇ ਨਾਲ ਸਾਂਝੇ ਕੀਤੇ ਜਾਣ। ਸਮੇਂ ਸਮੇਂ ਦੇ ਉੱਪਰ ਜਦੋਂ ਜਦੋਂ ਮਨੁੱਖਤਾ ਦੇ ਉੱਪਰ ਯੁੱਧ ਹੋਇਆ, ਖਾਲਸੇ ਨੇ ਸਮੇਂ ਦੀਆਂ ਸਰਕਾਰਾਂ ਦੇ ਨਾਲ ਟੱਕਰ ਲਈ, ਕਲੀ ਟੱਕਰ ਹੀ ਨਹੀਂ ਲਈ, ਜਦੋਂ ਲੋੜ ਪਈ ਜਾਂ ਵੀ ਸ਼ਹਾਦਤ ਪ੍ਰਾਪਤ ਕੀਤਾ, ਤੇ ਜਿਨ੍ਹਾਂ ਨੇ ਜਾਂ ਵੀ ਸ਼ਹਾਦਤ ਪ੍ਰਾਪਤ ਕੀਤਾ, ਕੌਮ ਨੇ ਉਹਨਾਂ ਨੂੰ ਸ਼ਹੀਦ ਕਹਿ ਕੇ ਸਤਿਕਾਰ ਦਿੱਤਾ ਹੈ। ਔਰ ਅੱਜ ਦਾ ਦਿਨ ਕੌਮ ਦੇ ਐਸੇ ਹੀ ਇੱਕ ਸ਼ਹੀਦ ਦਾ ਸ਼ਹੀਦੀ ਦਿਹਾੜਾ ਹੈ। ਯਤਨ ਕਰਨ ਲੱਗੇ ਹਾਂ ਉਹਨਾਂ ਦੀ ਸ਼ਹਾਦਤ ਦਾ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਵੇ, ਕਿਉਂਕਿ ਸ਼ਹੀਦਾਂ ਦੇ ਨਾਲ ਹੀ ਕੌਮ ਦੇ ਝੰਡੇ ਮੁੰਗੇ ਬੁਲੰਦ ਹੁੰਦੇ ਨੇ, ਸ਼ਹੀਦਾਂ ਦੇ ਖੂਨ ਦੇ ਨਾਲ ਹੀ ਇੱਕ ਚੰਗੇ ਸਮਾਜ ਦੀ ਸਿਰਜਣਾ ਹੁੰਦੀ ਹੈ। ਸ਼ਹੀਦ ਦਾ ਹੱਕ ਹੁੰਦਾ ਸੱਚ ਦੀ ਗਵਾਹੀ, ਤੇ ਸੱਚ ਦੀ ਗਵਾਹੀ ਦਿੱਤੀ ਕਿਵੇਂ ਜਾਂਦੀ ਹੈ, ਇਹ ਸਿੱਖਾਂ ਨੇ ਦੁਨੀਆਂ ਨੂੰ ਦੱਸਿਆ, ਇਹ ਸਿੱਖਾਂ ਨੇ ਦੁਨੀਆਂ ਨੂੰ ਦੱਸਿਆ ਕਿਵੇਂ ਸੱਚ ਦੀ ਗਵਾਹੀ ਦੇ ਵਾਸਤੇ ਆਪਣਾ ਆਪ ਕੁਰਬਾਨ ਕਰਨਾ ਪੈਂਦਾ, ਕਿਵੇਂ ਸੱਚ ਦੀ ਗਵਾਹੀ ਦੇ ਕੇ ਕੌਮ ਦੀ ਦੇਸ਼ ਦੀ ਤਕਦੀਰ ਬਦਲੀ ਜਾਂਦੀ। ਇਹ ਤਕਦੀਰ ਬਦਲੀ ਸੀ ਕੇਸਗੜ੍ਹ ਦੀ ਫੇਰੀ ਦੇ ਉੱਤੇ ਕਲਗੀਆਂ ਵਾਲੇ ਨੇ ਅੰਮ੍ਰਿਤ ਦੀ ਦਾਤ ਦੇ ਕੇ ਤੇ ਨੰਦੇ ਬਾਬੇ ਦੀ ਪਾਲ ਲੈ ਕੇ ਖਾਲਸਾ ਫਿਰ ਮੈਦਾਨੇ ਜੰਗ ਚ ਜੂਝਿਆ, ਔਰ ਜੂਝ ਕੇ ਸ਼ਹੀਦ ਹੋਇਆ। ਸ਼ਹੀਦ ਹੋ ਕੇ ਕੌਮ ਔਰ ਦੇਸ਼ ਨੂੰ ਗੁਲਾਮੀ ਦੇ ਜੰਗਲਾਂ ਸੰਗਲਾਂ ਦੇ ਵਿੱਚੋਂ ਬਾਹਰ ਕੱਢਣ ਦਾ ਯਤਨ ਕੀਤਾ। ਹਮੇਸ਼ਾ ਜਦੋਂ ਕੌਮ ਨੂੰ ਲੋੜ ਪਈ, ਨੌਜਵਾਨਾਂ ਨੇ ਆਪਣਾ ਆਪ ਜਿਹੜਾ ਹੈ ਉਹ ਪੇਸ਼ ਕੀਤਾ ਸਤਿਗੁਰ ਦੇ ਅੱਗੇ। ਕੇਸਗੜ੍ਹ ਦੀ ਫੇਰੀ ਦੇ ਉੱਪਰ ਗੁਰਕਰਮੀ ਸਰ ਪਾਤਸ਼ਾਹ ਨੇ ਜਿਸ ਵੇਲੇ ਪੰਜ ਸਿਰਾਂ ਦੀ ਮੰਗ ਕੀਤੀ, ਉਸ ਵੇਲੇ ਕੌਮ ਦੇ ਨੌਜਵਾਨ ਅੱਗੇ ਉੱਠ ਕੇ ਆਏ ਸਨ, ਜਿਨ੍ਹਾਂ ਨੇ ਆ ਕੇ ਸਤਿਗੁਰ ਮਹਾਰਾਜ ਜੀ ਨੂੰ ਆਪਣੇ ਸੀਸ ਭੇਟ ਕੀਤੇ। ਇਸੇ ਲਈ ਇੱਕ ਸ਼ਾਇਰ ਕਹਿੰਦਾ ਹੈ,
ਉਹਨਾਂ ਸਿੱਖਾਂ ਦੀ ਬਦੌਲਤ ਹੀ ਭਾਰਤ ਦੇਸ਼ ਦੀ ਤਕਦੀਰ ਬਦਲੀ ਹੈ। ਕਹਿੰਦਾ ਜਦੋਂ ਦੇਵੀ ਦੇਵਤੇ ਭਾਰਤ ਦੇ ਭਾਰਤ ਨੂੰ ਮਨੋਂ ਵਿਸਾਰ ਗਏ, ਜਦ ਭੀਮ ਸੌ ਗਿਆ ਭਾਰਤ ਵਿੱਚ ਆਤੰਕ ਦੇ ਤੀਰ ਵੀ ਹਾਰ ਗਏ, ਜਦ ਬ੍ਰਹਮਾ ਵਿਸ਼ਨ ਮਹੇਸ਼ ਜਾਏ ਭਾਰਤ ਤੋਂ ਤੁਰੇ ਅਵਤਾਰ ਗਏ, ਉਸ ਵਕਤ ਕੇਸਗੜ੍ਹ ਦੀ ਫੇਰੀ ਤੋਂ ਤਕਦੀਰ ਬਦਲਦੀ ਦੇਖੀ ਮੈਂ, ਸੁੱਤੇ ਹੋਏ ਭਾਰਤ ਦੀ ਤਸਵੀਰ ਬਦਲਦੀ ਦੇਖੀ। ਉਸ ਵੇਲੇ ਸਤਿਗੁਰ ਨੇ ਤਸਵੀਰ ਬਦਲੀ ਤੇ ਭਾਰਤ ਦੇਸ਼ ਲਈ ਖਾਲਸੇ ਨੇ ਬੜੀਆਂ ਕੁਰਬਾਨੀਆਂ ਕੀਤੀਆਂ, ਆਪਣੇ ਪੰਜਾਬ ਦੇਸ਼ ਨੂੰ ਬਚਾਉਣ ਲਈ ਬੜੀਆਂ ਕੁਰਬਾਨੀਆਂ ਕੀਤੀਆਂ। ਸਮਾਂ ਏਦਾਂ ਦਾ ਆਇਆ ਭਾਰਤ ਅੰਗਰੇਜ਼ਾਂ ਦਾ ਗੁਲਾਮ ਹੁੰਦਾ ਤੇ ਅੰਗਰੇਜ਼ਾਂ ਦੀ ਗੁਲਾਮੀ ਚੋਂ ਭਾਰਤ ਨੂੰ ਪੰਜਾਬ ਦੇ ਸਿੱਖ ਬਾਹਰ ਕੱਢਦੇ, ਸਮਝੌਤੇ ਹੁੰਦੇ ਸਿੱਖਾਂ ਦੇ ਨਾਲ, ਉਹਨਾਂ ਸਮਝੌਤਿਆਂ ਦੇ ਅਧੀਨ ਇਹ ਸਮਝੌਤਾ ਹੁੰਦਾ ਹੈ ਮਾਰਚ 1947 ਦੇ ਵਿੱਚ, ਤੇ ਇਹ ਸਮਝੌਤਾ ਸੀ ਮਾਸਟਰ ਤਾਰਾ ਸਿੰਘ ਤੇ ਵੱਲਭ ਭਾਈ ਪਟੇਲ ਦਾ, ਜਿਹਦੇ ਵਿੱਚ ਵੱਲਭ ਭਾਈ ਪਟੇਲ ਕਹਿੰਦਾ ਹੈ ਤਾਰਾ ਸਿੰਘ ਤੁਸੀਂ ਸਿੱਖ ਸਥਾਨ ਦੀ ਮੰਗ ਕਰਦੇ ਹੋ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਤੁਸੀਂ ਸਾਡਾ ਦੇਸ਼ ਹਿੰਦੁਸਤਾਨ ਆਜ਼ਾਦ ਕਰਾ ਦਿਓ, ਜਦੋਂ ਹਿੰਦੁਸਤਾਨ ਆਜ਼ਾਦ ਹੋ ਗਿਆ ਅਸੀਂ ਤੁਹਾਡੇ ਸਿੱਖ ਸਥਾਨ ਦੀ ਮੰਗ ਨੂੰ ਵਿਚਾਰਾਂ, ਯਤਨ ਕਰਾਂਗੇ ਇਕੱਠੇ ਰਹੀਏ, ਨਹੀਂ ਤਾਂ ਜੋ ਤੁਹਾਡੇ ਫੜਦੇ ਹੱਥ ਹੋਣਗੇ ਤੁਹਾਨੂੰ ਹੱਥ ਮਿਲ। ਜਿਸ ਵੇਲੇ ਇਹ ਗੱਲਾਂ ਹੋਈਆਂ ਮਾਸਟਰ ਤਾਰਾ ਸਿੰਘ ਉਹਦੇ ਨਾਲ ਹਾਂ ਚ ਹਾਂ ਮਿਲਾ ਕੇ ਆ ਗਿਆ, ਮਹੀਨੇ ਤਿੰਨ ਚਾਰ ਵੀ ਪਏ 15 ਅਗਸਤ 1947 ਨੂੰ ਭਾਰਤ ਆਜ਼ਾਦ ਹੁੰਦਾ, ਪੰਜਾਬ ਦਾ ਉਜਾੜਾ ਹੁੰਦਾ, ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਆਪਣਾ ਖੂਨ ਵਹਾਉਂਦੇ ਨੇ, ਲੱਖਾਂ ਦੀ ਗਿਣਤੀ ਕਰੋੜਾਂ ਦੇ ਵਿੱਚ ਆਪਣਾ ਸਰਮਾਇਆ ਗਵਾ ਦਿੰਦੇ ਨੇ, ਆਪਣੀਆਂ ਜ਼ਮੀਨਾਂ ਘਰ ਘਰ ਦਾ ਉਜਾੜਾ ਕਰਵਾ ਲੈਂਦੇ ਨੇ, ਤੇ ਹਜ਼ਾਰਾਂ ਦੀ ਗਿਣਤੀ ਚ ਗੁਰਧਾਮ ਖਾਲਸੇ ਪੰਥ ਤੋਂ ਹਮੇਸ਼ਾ ਲਈ ਦੂਰ ਹੋ ਜਾਂਦੇ ਨੇ। ਇਹਨਾਂ ਕੁਝ ਕਰਵਾਉਣ ਤੋਂ ਬਾਅਦ ਫਿਰ ਭਾਰਤ ਸਰਕਾਰ 10 ਅਕਤੂਬਰ 1947 ਨੂੰ ਸਿੱਖਾਂ ਨੂੰ ਇੱਕ ਮੈਡਲ ਦਿੰਦੀ ਹੈ। ਜਦੋਂ ਆਪਾਂ ਕਿਸੇ ਦੇ ਕੁਝ ਕਰੀਏ ਮੈਡਲ ਤਾਂ ਜ਼ਰੂਰ ਮਿਲਦਾ ਹੈ, ਆਪਾਂ ਕਿਸੇ ਵਾਸਤੇ ਕੋਈ ਚੰਗਾ ਕੰਮ ਕਰੀਏ ਅਗਲਾ ਆਪਣੀ ਸ਼ੋਭਾ ਕਰਦਾ ਹੈ, ਆਪਾਂ ਗੁਰਦੁਆਰਾ ਸਾਹਿਬ ਕੁਝ ਭੇਟਾ ਕਰੀਏ ਗੁਰਦੁਆਰਾ ਸਾਹਿਬ ਕੋਲ ਵੀ ਸਨਮਾਨ ਮਿਲਦਾ ਹੈ, ਤੇ ਸਿੱਖਾਂ ਨੇ ਭਾਰਤ ਵਾਸਤੇ ਕੁਰਬਾਨੀਆਂ ਕੀਤੀਆਂ ਤੇ ਭਾਰਤ ਦਾ ਇਨਾਮ ਨਾ ਦਿੰਦਾ ਇਹ ਤਾਂ ਹੋ ਨਹੀਂ ਸਕਦਾ, ਇਨਾਮ ਦਿੱਤਾ ਭਾਰਤ ਵਾਲਿਆਂ ਨੇ। 15 ਅਗਸਤ 1947 ਨੂੰ ਭਾਰਤ ਆਜ਼ਾਦ ਹੁੰਦਾ ਹੈ, 10 ਅਕਤੂਬਰ 1947 ਨੂੰ ਸਿੱਖਾਂ ਦੇ ਘਰ ਦੇ ਵਿੱਚ ਇੱਕ ਮੈਡਲ ਪਾਇਆ ਜਾਂਦਾ ਹੈ ਤੇ ਇਹ ਮੈਡਲ ਦਾ ਨਾਮ ਹੈ ਜਰਾਇਮ ਪੇਸ਼ਾ ਕੌਮ। 10 ਅਕਤੂਬਰ 1947 ਪੰਜਾਬ ਦਾ ਗਵਰਨਰ ਇਹ ਐਲਾਨ ਕਰ ਦਿੰਦਾ ਹੈ ਵੀ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਨੇ, ਜਿੰਨਾ ਹੋ ਸਕੇ ਇਹਨਾਂ ਨੂੰ ਭਾਰਤ ਦਿੱਲੀ ਤੋਂ ਦੂਰ ਰੱਖਿਆ ਜਾਵੇ। ਸਿਰਫ 1.5-2 ਮਹੀਨਿਆਂ ਦੇ ਵਿੱਚ ਸਿੱਖਾਂ ਨੂੰ ਆਪਣਾ ਪਹਿਲਾ ਮੈਡਲ ਮਿਲਿਆ, ਉਸ ਤੋਂ ਬਾਅਦ ਤਾਂ ਫਿਰ ਮੈਡਲਾਂ ਦੀਆਂ ਝੜੀਆਂ ਲੱਗ ਗਈਆਂ ਕਿ ਪੰਜਾਬ ਦੀ ਫੰਡ ਦੁਆਰਾ ਕਰਨੀ, ਕੀ ਪਾਣੀ ਖੋਹਣੇ, ਕੀ ਸਿੱਖਾਂ ਦੇ ਨਾਲ ਸਮਝੌਤਾ ਹੋਇਆ ਸੀ ਤੇ ਜਦੋਂ ਭਾਰਤ ਆਜ਼ਾਦ ਹੋਵੇਗਾ ਪੰਜਾਬ ਦੇ ਵਿੱਚ 40% ਨੌਕਰੀਆਂ ਦੇ ਵਿੱਚ ਸਿੱਖਾਂ ਦੀ ਜਿਹੜੀ ਪੱਕੇ ਤੌਰ ਦੇ ਉੱਤੇ ਕੋਟਾ ਹੋਵੇਗਾ, ਤੇ ਜੇ 40% ਨੌਕਰੀਆਂ ਸਿੱਖਾਂ ਨੂੰ ਮਿਲਦੀਆਂ ਹੁੰਦੀਆਂ ਸਾਨੂੰ ਕਿਉਂ ਧੱਕੇ ਖਾਣੇ ਪੈਂਦੇ ਥਾਂ ਥਾਂ ਦੇ ਉੱਤੇ। 40% ਨੌਕਰੀਆਂ ਵਾਲਾ ਕੋਟਾ ਖਤਮ, ਫਿਰ ਪੰਜਾਬ ਐਂਡ ਸਿੰਧ ਬੈਂਕ ਇੱਕੋ ਹੀ ਇੱਕ ਬੈਂਕ ਸੀ ਜਿਹੜੀ ਹਮੇਸ਼ਾ ਸਿੱਖਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀ ਦਿੰਦੀ ਸੀ, ਤੇ ਜਿਸ ਵੇਲੇ ਬੀਬੀ ਇੰਦਰਾ ਆਈ ਉਹਨੇ ਇਹ ਬੈਂਕ ਦਾ ਵੀ ਨੈਸ਼ਨਲਾਈਜ਼ੇਸ਼ਨ ਕਰ ਦਿੱਤਾ, ਇਹ ਬੈਂਕ ਵੀ ਪੰਜਾਬ ਦੇ ਉੱਤੋਂ ਖੋਲਿਆ ਗਿਆ, ਰਾਜਧਾਨੀ ਖੋਈ ਗਈ, ਦਰਿਆਵਾਂ ਦੇ ਪਾਣੀ ਖੋਈ ਗਏ, ਡੈਮ ਖੋਲਿਆ ਗਿਆ, ਆਖਿਰਕਾਰ ਨਕਲੀ ਬਾਬੇ ਪੈਦਾ ਕੀਤੇ ਤੇ ਬਾਬੇ ਨੇ ਐਸੇ ਪੈਦਾ ਕੀਤੇ ਐਸੀ ਸਿੱਖਾਂ ਨੂੰ ਢਾਹ ਲਾਈ ਜਿਹੜਾ ਕੰਮ ਸਿੱਖਾਂ ਦਾ ਨਹੀਂ ਸੀ ਬਾਬੇ ਅੱਜ ਵੀ ਕਰਵਾ ਰਹੇ ਨੇ ਸਿੱਖਾਂ ਦੇ। ਜਿੰਨਾ ਪਖੰਡਵਾਦ ਸਿੱਖ ਕੌਮ ਦੇ ਵਿੱਚ ਬਾਬਿਆਂ ਨੇ ਵਾੜਿਆ ਸ਼ਾਇਦ ਕਿਸੇ ਹੋਰ ਨੇ ਵਾੜਿਆ, ਬੜਾ ਪਖੰਡਵਾਦ ਵਾੜਿਆ, ਬੜੇ ਐਸੇ ਐਸੇ ਕਰਮ ਸਿੱਖਾਂ ਕੋਲੋਂ ਕਰਵਾਏ ਗਏ
ਜਿਹਦਾ ਦੂਰ ਦੂਰ ਦੇ ਤੱਕ ਕੋਈ ਨਾਤਾ ਨਹੀਂ ਸਿੱਖਾਂ ਦੇ ਨਾਲ। ਅੱਜ ਸਿੱਖ ਭਾਵੇਂ ਮਾਪਿਆਂ ਦੇ ਪਿੱਛੇ ਲੱਗੇ ਤੁਰੇ ਫਿਰਦੇ ਨੇ, ਜਿਦਣ ਅਸਲੀ ਗੁਰਮਤ ਦੇ ਸਿਧਾਂਤ ਦੀ ਸਮਝ ਲੱਗ ਗਈ। ਦਾਸ ਇਹ ਗੱਲ ਯਕੀਨ ਦੇ ਨਾਲ ਕਹਿੰਦਾ, ਸਿੱਖ ਆਪ ਇਹਨਾਂ ਬਾਬਿਆਂ ਦੇ ਸਿਰ ਜੁੱਤੀਆਂ ਵੱਲ, ਜਦੋਂ ਸਤਿਗੁਰ ਗੁਰਮਤ ਦੇ ਸਿਧਾਂਤ ਦੇ ਉੱਤੇ ਆ ਗਏ। ਇਹਨਾਂ ਬਾਬਿਆਂ ਨੇ ਆ ਕੇ ਸਿੱਖਾਂ ਦੇ ਸਿਧਾਂਤਾਂ ਦੀਆਂ ਧੱਜੀਆਂ ਉਡਾਈਆਂ। ਉਹਨਾਂ ਦੇ ਦੇਖੋ ਇੱਕ ਸੀ ਨਰਕਧਾਰੀ, ਇਹ ਨਰਕਧਾਰੀ ਨੂੰ ਕਿਵੇਂ ਪੰਜਾਬ ਦੀਆਂ ਧੱਜੀਆਂ ਉਡਾਈਆਂ ਤੇ ਕਿਵੇਂ ਸੋਧਾ ਲੱਗਾ ਆਉਣ ਵਾਲੇ ਦਿਨਾਂ ਚ ਇਤਿਹਾਸ ਸਾਂਝਾ ਕਰਨਗੇ, ਕਿਉਂਕਿ ਇਹ ਵੀ ਇਤਿਹਾਸ ਵਿਸਾਖੀ ਦਾ ਹੈ। ਔਰ ਇਹਦੇ ਪਿੱਛੇ ਕਿਵੇਂ ਸਿੱਖੀ ਨੂੰ ਤੇ ਗੁਰਮਤ ਦੇ ਸਿਧਾਂਤ ਨੂੰ ਢਾਹ ਲਾਈ ਗਈ, ਕਿਵੇਂ ਅੱਜ ਤੱਕ ਅਸੀਂ ਗੁਰਮਤ ਦੇ ਸਿਧਾਂਤ ਤੋਂ ਦੂਰ ਹੋ ਕੇ ਹੋਰੇ ਸਿਧਾਂਤਾਂ ਦੇ ਤੁਰੇ ਫਿਰਦੇ ਹਾਂ, ਇਹ ਸਮਝਣ ਦਾ ਯਤਨ ਕਰਾਂਗੇ ਆਉਣ ਵਾਲੇ ਦਿਨਾਂ ਦਾ ਵਿਚਾਰ ਦਸ ਅੱਜ ਦੇ ਇਤਿਹਾਸ ਦੇ ਹਾਲ। ਫਿਰ ਉਸ ਤੋਂ ਬਾਅਦ ਜੇ ਇਸ ਵੇਲੇ ਅਦਾਲਤਾਂ ਨੇ ਸਿੱਖਾਂ ਨੂੰ ਸਾਥ ਨਾ ਦਿੱਤਾ, ਸਿੱਖਾਂ ਨੇ ਆਪਣੇ ਹੱਥ ਦੇ ਵਿੱਚ ਸ਼ਸਤਰ ਫੜੇ, ਸਤਿਗੁਰ ਦਾ ਵਚਨ ਯਾਦ ਕੀਤਾ, ਸ਼ਸਤਰ ਕੇ ਅਧੀਨ ਹੈ ਰਾਜ, ਕਉ ਕਿਸੀ ਕੋ ਰਾਜ ਨਾ ਦੇਖੈ ਜੋ ਲਿਖੈ ਨਿਜ ਵਰਤੇ। ਹੁਣ ਇਸਦਾ ਅਰਥ ਇਹ ਹੈ ਵੀ ਜਦੋਂ ਵੀ ਤੁਸੀਂ ਕੋਈ ਹੱਕ ਲੈਣਾ ਤੁਹਾਨੂੰ ਲੜਨਾ ਪਵੇ, ਕਿਸੇ ਵੀ ਹੱਕ ਲੈਣਾ ਹੋਵੇ, ਦੂਰ ਕੀ ਜਾਣਾ, ਤੁਸੀਂ ਕੈਨੇਡਾ ਦੀ ਧਰਤੀ ਤੇ ਕੋਈ ਨੌਕਰੀ ਕਰਦੇ ਹੋ, ਆਪਣੀ ਫੈਕਟਰੀ ਦੇ ਵਿੱਚ ਹੱਕ ਲੈਣਾ ਹੋਵੇ, ਤੁਹਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ। ਨਹੀਂ ਆਵਾਜ਼ ਬੁਲੰਦ ਕਰੋ ਤਾਂ ਕਿਸੇ ਨੇ ਹੱਕ ਨਹੀਂ ਦੇਣਾ, ਆਵਾਜ਼ ਬੁਲੰਦ ਕਰਨੀ ਪਵੇਗੀ। ਸਮਾਂ ਇਦਾਂ ਦਾ ਵੀ ਸੀ, 1907 ਦੇ ਵਿੱਚ ਇੱਕ ਸਿੱਖ ਇਸ ਧਰਤੀ ਤੇ ਆਪਣੇ ਪ੍ਰਾਣ ਤਿਆਗਦਾ ਤੇ ਉਹਨੂੰ ਸੰਸਕਾਰ ਕਰਨ ਦੀ ਵੀ ਨਹੀਂ ਆਗਿਆ ਸੀ, ਜਗ੍ਹਾ ਜਾ ਕੇ ਸੰਸਕਾਰ ਕਰਨਾ ਪਿਆ। ਅੱਜ ਆਪਾਂ ਗੁਰਧਾਮਾਂ ਦੇ ਵਿੱਚ ਬਹਿ ਕੇ ਆਪਣੇ ਕੁਰਬ ਮਨਾ ਰਹੇ ਹਾਂ, ਸਾਡੇ ਵੱਡੇ ਵਡੇਰਿਆਂ ਨੇ ਕੈਨੇਡਾ ਦੀ ਧਰਤੀ ਤੇ ਸੰਘਰਸ਼ ਕੀਤਾ, ਆਪਣੇ ਹੱਕ ਲਏ ਨੇ। ਹੱਕ ਲੈਣ ਦੇ ਬੜੇ ਤਰੀਕੇ ਨੇ, ਜਦੋਂ ਸਾਰੇ ਤਰੀਕੇ ਮੁੱਕ ਜਾਣ ਫਿਰ ਸ਼ਸਤਰ ਨੂੰ ਵੀ ਹੱਕ ਪਾਉਣਾ ਪੈਂਦਾ, ਇਹ ਸਮੇਂ ਦੀ ਮੰਗ ਹੈ। ਸ਼ਸਤਰ ਕਿੰਨਾ ਕੁ ਜ਼ਰੂਰੀ ਹੈ, ਹਰੇਕ ਦੇਸ਼ ਅੱਜ ਸਭ ਤੋਂ ਵੱਧ ਬਜਟ ਤੇ ਖਰਚਦਾ ਤੇ ਆਪਣੀ ਮਿਲਟਰੀ ਦੇ ਉੱਤੇ ਖਰਚਦਾ। ਕਿਸੇ ਵੀ ਦੇਸ਼ ਦਾ ਬਜਟ ਚੱਕ ਕੇ ਦੇਖ ਲਿਓ, ਸਭ ਤੋਂ ਵੱਡਾ ਦੇਸ਼ ਹੈ ਅਮਰੀਕਾ, ਉਹਦਾ ਬਜਟ ਮਿਲਟਰੀ ਦਾ ਕਿੰਨਾ ਹੈ। ਰਸ਼ੀਆ ਵਰਗਾ ਦੇਸ਼ ਆਪਣਾ ਬਜਟ ਮਿਲਟਰੀ ਦੇ ਉੱਤੇ, ਹਥਿਆਰਾਂ ਦੇ ਉੱਤੇ ਕਿੰਨਾ ਖਰਚ ਰਿਹਾ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਜਿਸਨੇ ਪੜ੍ਹਾਈ ਦੀ ਲੋੜ ਹੈ, ਕਲਮ ਦੀ ਲੋੜ ਹੈ। ਪਰ ਇੱਕ ਦਿਨ ਇੱਦਾਂ ਦਾ ਵੀ ਆ ਜਾਂਦਾ ਜਦੋਂ ਕਿਰਪਾਨਾਂ ਦੇ ਅੱਗੇ ਕਲਮਾਂ ਵਾਲੇ ਵੀ ਮੱਥਾ ਟੇਕ ਜਾਂਦੇ। ਬਹਾਦਰ ਸ਼ਾਹ ਦੀ ਕਚਹਿਰੀ ਦੇ ਵਿੱਚ ਕਰਾਮਾਤ ਸੀ, ਅੱਜ ਅਸੀਂ ਕਹਿੰਦੇ ਹਾਂ ਕਰਾਮਾਤ ਕਰਾਮਾਤ, ਕਈ ਵਾਰ ਕਰਾਮਾਤ ਦੇ ਨਾਮ ਦੇ ਉੱਤੇ ਅਸੀਂ ਹੋਰ ਪਾਸੇ ਨੂੰ ਵੀ ਤੁਰ ਪੈਂਦੇ ਹਾਂ। ਉਹ ਵਿਚਾਰ ਸਤਿਗੁਰ ਮਹਾਰਾਜ ਜੀ ਨੂੰ ਕਾਜੀ ਕਹਿੰਦਾ, ਮਹਾਰਾਜ ਸਭ ਤੋਂ ਵੱਡੀ ਕਰਾਮਾਤ ਕੀ ਹੈ ਵੀ ਤੁਸੀਂ ਗੁਰੂ ਨਾਨਕ ਦੇ ਗੱਦੀ ਦੇ ਜਾਣਸ਼ੀਲ ਹੋ, ਸਾਨੂੰ ਦੱਸੋ ਕਰਾਮਾਤ ਕੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਸਭ ਤੋਂ ਵੱਡੀ ਕਰਾਮਾਤ ਹੈ ਆਹ ਤੇਰਾ ਵਾਰਸ਼ਾ। ਕਹਿਣ ਲੱਗਾ ਪਾਤਸ਼ਾਹ ਇਹ ਕਿਵੇਂ? ਮਹਾਰਾਜ ਕਹਿੰਦੇ, ਤੇਰਾ ਵਾਰਸ਼ਾ ਤੈਨੂੰ ਹੁਕਮ ਕਰੇ ਚਾਹੇ ਜੇਲ੍ਹ ਤੋਂ ਸਿੱਟ ਦੇਵੇ, ਚਾਹੇ ਤੈਨੂੰ ਫਾਂਸੀ ਲੈਣ ਦੇਵੇ, ਇਹਦਾ ਹੁਕਮ ਚੱਲਦਾ ਕਰਾਮਾਤ ਹੈ। ਤੇਰਾ ਭੂਤ ਭਵਿੱਖ ਇੱਕ ਮਿੰਟ ਚ ਬਦਲ ਸਕਦਾ। ਕਹਿਣ ਲੱਗਾ ਮਹਾਰਾਜ ਇਸ ਤੋਂ ਵੱਡੀ ਕਰਾਮਾਤ ਕੋਈ ਦੱਸੋ। ਮਹਾਰਾਜ ਜੀ ਕਹਿੰਦੇ, ਇਸ ਤੋਂ ਵੱਡੀ ਮਾਇਆ ਧਨ ਦੇ ਨਾਲ ਭਾਵੇਂ ਤੇਰਾ ਵਾਰਸ਼ਾ ਵੀ ਖਰੀਦ ਲਓ, ਫੈਸਲਾ ਬਦਲ ਜਾਏਗਾ ਤੇਰਾ ਵਾਰਸ਼ਾ, ਮਾਇਆ ਐਡੀ ਵੱਡੀ ਕਰਾਮਾਤ। ਕਹਿਣ ਲੱਗਾ ਮਹਾਰਾਜ ਇਹ ਕਿਹੜੀ ਕਰਾਮਾਤ ਹੋਈ, ਕੋਈ ਐਸੀ ਕਰਾਮਾਤ ਦੱਸੋ ਜਿਹਦੇ ਅੱਗੇ ਸਾਰੀ ਦੁਨੀਆ ਮੱਥਾ ਟੇਕਦੀ ਹੋਵੇ। ਦਾਤਾਰ ਪਾਤਸ਼ਾਹ ਜੀ ਨੇ ਮਿਆਨ ਦੇ ਵਿੱਚੋਂ ਸ੍ਰੀ ਸਾਹਿਬ ਕੱਢ ਲਏ ਤੇ ਸ੍ਰੀ ਸਾਹਿਬ ਬੇਮਿਆਨੀ ਕਰਕੇ ਕਹਿਣ ਲੱਗੇ, ਕਾਜੀ ਦੁਨੀਆ ਦੀ ਸਭ ਤੋਂ ਵੱਡੀ ਕਰਾਮਾਤ ਦਾ ਸ਼ਸਤਰ ਹੈ, ਤੇਰੇ ਬਾਦਸ਼ਾਹ ਨੂੰ ਮਾਰ ਕੇ ਮੈਂ ਹੁਣੇ ਦਿੱਲੀ ਦਾ ਬਾਦਸ਼ਾਹ ਬਣ ਸਕਦਾ, ਮੈਂ ਹੁਣੇ ਬਾਦਸ਼ਾਹ ਬਣ ਸਕਦਾ, ਇਹ ਸ਼ਸਤਰ ਸਭ ਤੋਂ ਵੱਡੀ ਕਰਾਮਾਤ ਹੈ। ਇਸੇ ਲਈ ਸਤਿਗੁਰ ਮਹਾਰਾਜ ਜੀ ਨੇ ਸ਼ਸਤਰ ਜਿਹੜੇ ਰੱਖੇ, ਪ੍ਰਧਾਨਤਾ ਸ਼ਬਦ ਦੀ ਹੈ, ਪੜ੍ਹਨਾ ਸ਼ਾਸਤਰ ਨੂੰ ਵੀ ਹੈ,
ਸ਼ਾਸਤਰ ਤੋਂ ਭਾਵ ਗਿਆਨ ਲੈਣਾ ਗੁਰੂ ਦਾ, ਪਰ ਸ਼ਸਤਰ ਧਾਰੀ ਹੋਣਾ ਤਾਂ ਕਿ ਜਦੋਂ ਕਿਤੇ ਤੁਹਾਡੇ ਤੇ ਭੀੜ ਬਣੇ ਜਾਂ ਤੁਹਾਡੇ ਸਾਹਮਣੇ ਕਿਸੇ ਤੇ ਭੀੜ ਬਣੇ, ਤੁਸੀਂ ਉਹਦੀ ਤੇ ਆਪਣੀ ਰੱਖਿਆ ਕਰ ਸਕੋ, ਆਪਣਾ ਹੱਕ ਲੈ ਸਕੋ। ਇਹ ਸ਼ਸਤਰ ਜ਼ਰੂਰੀ ਨੇ। ਸਹੀ ਸ਼ਸਤਰ ਧਾਰੀ ਹੋਏ, ਦਰਬਾਰ ਸਾਹਿਬ ਤੇ ਹਮਲਾ ਹੋਇਆ, ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ 1983 ਦੇ ਵਿੱਚ, ਇੱਕ ਨੌਜਵਾਨ ਜਿਹਦੀ ਉਮਰ 14 ਕੁ ਸਾਲਾਂ ਦੀ ਹੈ, ਉਹਦੇ ਦਿਲ ਨੂੰ ਠੇਸ ਲੱਗੀ। ਘਰ ਦੇ ਵਿੱਚ ਬੈਠਾ 14 ਕੁ ਸਾਲਾਂ ਦਾ ਨੌਜਵਾਨ, ਪੰਜਾਂ ਭੈਣਾਂ ਦਾ ਕੱਲਾ ਕੱਲਾ ਭਰਾ, ਬੜੀਆਂ ਅਰਦਾਸਾਂ ਦੇ ਨਾਲ ਮਾਮਾ ਦੀ ਮਾਂ ਨੇ ਇਹ ਪੁੱਤ ਲਿਆ, ਬੜੀਆਂ ਅਰਦਾਸਾਂ ਕੀਤੀਆਂ ਭੈਣਾਂ ਨੇ ਵੀ ਸਾਡੇ ਘਰ ਇੱਕ ਵੀਰਾ ਹੋਵੇ। ਜਿਸ ਵੇਲੇ ਇਹ ਨੌਜਵਾਨ ਨੇ ਕੰਨਾਂ ਦੇ ਨਾਲ ਖਬਰ ਸੁਣੀ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭਾਰਤ ਦੀ ਸਰਕਾਰ ਨੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰ ਦਿੱਤਾ, ਉਹ ਭਾਰਤ ਦੀ ਸਰਕਾਰ ਜਿਹੜੀ ਅਮਰਨਾਥ ਦੇ ਵਿੱਚ ਮਾਫ਼ ਕਰਨਾ, ਜਿਹੜੀ ਕਸ਼ਮੀਰ ਦੇ ਵਿੱਚ ਇਸ ਮਸਜਿਦ ਦੇ ਵਿੱਚੋਂ ਅੱਤਵਾਦੀ ਕੱਢਣ ਦੇ ਵਾਸਤੇ ਕੁਝ ਨਹੀਂ ਕਰਦੀ, ਪਰ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ ਸਾਰਾ ਸ਼ਸਤਰ ਧਾਮ ਧਾਮ ਲਾ ਦਿੰਦੀ। ਜਦੋਂ ਆਪਣੇ ਮੰਦਰਾਂ ਦੀ ਗੱਲ ਆਉਂਦੀ ਹੈ ਉਸ ਵੇਲੇ ਪੁਲਿਸ ਵਾਲੇ ਵੀ ਬਾਹਰ ਖੜੇ ਰਹਿੰਦੇ ਨੇ। ਅੱਜ ਵੀ ਤੁਸੀਂ ਕਿਤੇ ਜਗਨਨਾਥਪੁਰੀ ਦੇ ਮੰਦਰ ਜਾਓ, ਤੁਹਾਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲਦੀ, ਇੰਨੀ ਕੁ ਸੁਰੱਖਿਆ ਹੈ। ਤੁਸੀਂ ਬੱਚੇ ਦੀ ਦੁੱਧ ਦੀ ਬੋਤਲ ਵੀ ਨਹੀਂ ਲੈ ਕੇ ਜਾ ਸਕਦੇ। ਨਾਲ ਸੋ ਵਾਰ ਗਿਆ ਜਗਨਨਾਥਪੁਰੀ ਦੀ ਧਰਤੀ ਤੇ ਜਿੱਥੇ ਗੁਰਦੁਆਰਾ ਪਾਤਸ਼ਾਹ ਸਾਹਿਬ, ਤੇ ਜਦੋਂ ਮੰਦਰ ਅੰਦਰ ਦੇਖਣ ਨੂੰ ਜਾਣ ਲੱਗੇ ਕਹਿੰਦੇ ਜੋ ਵੀ ਹੈ, ਚਾਹੇ ਵਾਲਟ, ਚਾਹੇ ਬੱਚੇ ਦੀ ਦੁੱਧ ਦੀ ਬੋਤਲ, ਚਾਹੇ ਫਲ ਫਰੂਟ, ਸਭ ਕੁਝ ਬਾਹਰ ਰੱਖੋ, ਇੰਨੀ ਕੁ ਸੁਰੱਖਿਆ। ਤੇ ਜਦੋਂ ਸਿੱਖਾਂ ਦੇ ਕੋਈ ਧਾਮ ਦੀ ਗੱਲ ਆਈ ਛੋਟਾ ਸੁਰ ਤੋਂ ਸਿੱਖੀ ਜੀਵਨ ਵਾਲਾ ਗੁਰਮਤਿ ਦੇ ਸਿਧਾਂਤਾਂ ਤੇ ਪਹਿਰਾ ਦੇਣ ਵਾਲਾ, 14 ਸਾਲਾਂ ਦੀ ਉਮਰ ਵਿੱਚ ਮਨ ਨੂੰ ਠੇਸ ਵੱਜੀ, ਅੰਦਰ ਸਿੱਖੀ ਜਜ਼ਬਾ ਜਾਗਿਆ, ਹੁਣ ਕੇਸਰੀ ਦਸਤਾਰ ਸਿਰ ਤੇ ਸਜਾ ਕੇ ਰੱਖਦਾ। ਸਮਾਂ ਐਸਾ ਬਣ ਆਇਆ ਕੇਸਰੀ ਦਸਤਾਰਾਂ ਵਾਲਿਆਂ ਦੇ ਸਿਰ ਦੇ ਉੱਤੇ ਜ਼ੁਲਮ ਹੋਣ ਲੱਗਾ, ਸਕੂਲ ਦੇ ਵਿੱਚੋਂ ਕੱਢ ਦਿੱਤਾ ਗਿਆ। ਫਿਰ 15 ਕੁ ਸਾਲਾਂ ਦੀ ਉਮਰ ਦੇ ਵਿੱਚ ਪੁਲਿਸ ਵਾਲੇ ਘਰੋਂ ਚੱਕ ਕੇ ਲੈ, ਪੁਲਿਸ ਵਾਲਿਆਂ ਚੱਕ ਲਿਆ ਤਾਂ ਸ਼ਸਤਰ ਹੋਇਆ ਇੱਕ 15 ਸਾਲਾਂ ਦੇ ਬੱਚੇ ਦੇ ਉੱਤੇ। ਹੁਣ ਬੱਚਾ ਹੈ, ਬੱਚੇ ਦੇ ਮਨ ਨੂੰ ਜਿੱਧਰ ਨੂੰ ਤੁਸੀਂ ਮੁੜ ਲਾਉਂਦੇ ਉੱਧਰ ਨੂੰ ਮੁੜ ਜਾਏਗਾ। ਜਦੋਂ ਤਸ਼ੱਦਦ ਹੋਇਆ ਤਸ਼ੱਦਦ ਦੀ ਇੰਤਹਾ ਹੋ ਗਈ, 9 ਮਹੀਨੇ ਜੇਲ੍ਹ ਦੇ ਵਿੱਚ ਰਿਹਾ ਭਾਈ ਜੁਗਰਾਜ ਸਿੰਘ ਤੂਫਾਨ। ਪਰ 9 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ 1987 ਦੇ ਵਿੱਚ ਹੁਸ਼ਿਆਰਪੁਰ ਦੀ ਜੇਲ੍ਹ ਤੋਂ ਫਰਾਰ ਹੋ ਕੇ ਘਰ ਦੇ ਵਿੱਚੋਂ ਵਿਦਿਆ ਲੈ ਕੇ ਪੱਕੇ ਤੌਰ ਦੇ ਉੱਤੇ ਆਪਣੇ ਸਿੱਖ ਰਾਜ ਦੇ ਵਾਸਤੇ ਜੂਝਣਾ ਸ਼ੁਰੂ ਕਰ ਦਿੱਤਾ, ਹੱਕਾਂ ਦੇ ਵਾਸਤੇ ਜੂਝਣਾ ਸ਼ੁਰੂ ਕਰ ਦਿੱਤਾ ਤੇ ਖਾਲਸਾ ਲਿਬਰੇਸ਼ਨ ਫੋਰਸ ਦੇ ਵਿੱਚ ਆ ਕੇ ਜੁੜ ਗਿਆ। ਭਾਈ ਅਵਤਾਰ ਸਿੰਘ ਬ੍ਰਹਮਾ ਦਾ ਸਾਥੀ ਬਣ ਗਿਆ, ਉਹਨਾਂ ਨੇ ਨਾਮ ਦਿੱਤਾ ਬਾਬਾ ਤੂਫਾਨ ਸਿੰਘ ਤੇ ਕਾਰਜ ਸੌਂਪ ਦਿੱਤਾ ਕੌਮ ਦੇ ਕਿਰਦਾਰਾਂ ਦਾ ਸੋਧਾ। ਇੱਕ ਸ਼ਾਇਰ ਲਿਖਦਾ ਹੈ, ਸਿੱਖ ਕੌਮ ਸਰਬੱਤ ਦਾ ਭਲਾ ਮੰਗੇ, ਉਹ ਮੰਗਦੇ ਉਦੋਂ ਵੀ ਸੀ ਤੇ ਮੰਗਦੇ ਅੱਜ ਵੀ ਆ, ਸਿਰ ਤਲੀ ਧਰ ਕਲੀ ਜਾਣ ਦੀ ਵਿੱਚੋਂ ਲੰਘਦੇ ਉਦੋਂ ਵੀ ਸੀ ਲੰਘਦੇ ਅੱਜ ਵੀ ਆ, ਉਹ ਇਸ ਖਮੂਨ ਖਰਾਬੇ ਦੇ ਕੰਮ ਕੋਲੋਂ ਸੰਗਦੇ ਉਦੋਂ ਵੀ ਸੀ ਸੰਗਦੇ ਅੱਜ ਵੀ ਆ, ਪਰ ਸਿੱਖ ਕੌਮ ਦੇ ਦੁਸ਼ਮਣਾਂ ਤਾਂ ਸੂਲੇ ਉੱਤੇ ਟੰਗਦੇ ਉਦੋਂ ਵੀ ਸੀ ਟੰਗਦੇ ਅੱਜ ਵੀ ਆ। ਭਾਈ ਜੁਗਰਾਜ ਸਿੰਘ ਤੂਫਾਨ ਨਾਲ ਲੈ ਕੇ ਸਾਥੀਆਂ ਨੂੰ ਪੰਜਾਬ ਦੀ ਧਰਤੀ ਦੇ ਗਦਾਰਾਂ ਨੂੰ ਸੋਝੇ ਗਈ ਦੇ ਸੋਹਣਾ।
ਸੋਦੇ ਰਾਜੇ ਕੌਂਗਦਾਰਾਂ ਦੇ ਚੁਣ-ਚੁਣ ਸਿੰਘਾਂ ਸੋਦੇ ਰਾਜੇ ਕੌਂਗਦਾਰਾਂ ਦੇ ਚੁਣ-ਚੁਣ ਸਿੰਘਾਂ ਸੋਦੇ ਰਾਜੇ ਕੌਂਗਦਾਰਾਂ ਦੇ ਚੁਣ-ਚੁਣ ਸਿੰਘਾਂ ਸੋਦੇ ਰਾਜੇ ਕੌਂਗਦਾਰਾਂ ਦੇ ਕੌਂਗਦਾਰਾਂ ਦੇ
ਜੇਲਾਂ ਤੇ ਕੌਂਗ ਨਾਰਾਂਗੇ ਸਰਕਾਰੀ ਅਫਸਰ ਨੇ ਆਉਣਾ ਜੇ ਸਕੂਲ ਦੇ ਵਿੱਚ ਰਹਿਣਾ ਤੇ ਤੈਨੂੰ ਦਸਤਾਰ ਬਦਲ ਕੇ ਆਉਣਾ ਪਵੇਗਾ। ਇੰਨੀ ਗੁਲਾਮੀ ਸ਼ੁਰੂ ਕਰ ਦਿੱਤੀ ਵੀ ਇੰਨੀ ਵੀ ਆਜ਼ਾਦੀ ਨਹੀਂ ਵੀ ਤੁਸੀਂ ਕਿਹੜੀ ਦਸਤਾਰ ਬੰਨਣੀ ਹੈ ਕਿੱਦਾਂ ਬੰਨਣੀ ਹੈ। ਅੱਜ ਸਾਡੇ ਵੀ ਕਈ ਭਰਾਵਾਂ ਚੌਧਰੀ ਕਹਿ ਦਿੰਦੇ ਵੀ ਏਦਾਂ ਨੀ ਏਦਾਂ ਕਰੋ। ਇਹ ਉਹ ਨੇ ਜਿਹੜੇ ਗੁਰਮਤਿ ਦੇ ਸਿਧਾਂਤ ਤੋਂ ਜਾਣਦੇ ਬੰਨਣੀ ਦਸਤਾਰ। ਅੱਜ ਤਾਂ ਰੰਗਾਂ ਦੇ ਵਿੱਚ ਵੀ ਫਰਕ ਪਾ ਲਏ ਵੀ ਆਹੀ ਕੌਮੀ ਰੰਗ ਨੇ ਬਾਕੀ ਰੰਗ ਨਹੀਂ। ਜਦੋਂ ਬਾਕੀ ਰੰਗਾਂ ਦੀ ਗੱਲ ਚੱਲਦੀ ਉਦੋਂ ਕਹਿੰਦੇ ਨਹੀਂ ਜੀ ਇਹ ਸਾਡੇ ਰੰਗ ਨਹੀਂ। ਫਿਰ ਪੁੱਛਣ ਵਾਲੇ ਫਿਰ ਭਲਿਓ ਸਾਰੇ ਰੰਗ ਤਾਂ ਕੁਦਰਤ ਦੇ। ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਅਸੀਂ ਪਰਮਾਤਮਾ ਦੀ ਬਣਾਈ ਹਰੇਕ ਚੀਜ਼ ਨਾਲ ਪਿਆਰ ਕਰਨਾ ਤੇ ਜੇ ਪਰਮਾਤਮਾ ਦੀ ਬਣਾਈ ਹਰੇਕ ਚੀਜ਼ ਨਾਲ ਪਿਆਰ ਕਰਨਾ ਫਿਰ ਅਸੀਂ ਰੰਗਾਂ ਦੇ ਵਿੱਚ ਫਰਕ ਨਹੀਂ ਪਾ ਸਕਦੇ। ਸਾਰੇ ਰੰਗ ਸਤਿਗੁਰ ਦੇ ਰੰਗ ਸਤਿਗੁਰ ਨੇ ਬਣਾਏ ਨੇ। ਹਾਂ ਕੁੱਝ ਰੰਗ ਐਸੇ ਨੇ ਜਿਹੜੇ ਕੌਮੀ ਪ੍ਰਤੀਕ ਬਣੇ ਜਿਹੜੇ ਕੌਮੀ ਪ੍ਰਤੀਕ ਬਣੇ। ਸਾਡਾ ਇਤਿਹਾਸ ਦੱਸਦਾ ਹੈ ਸਮਾਂ ਰਿਹਾ ਕਦੇ ਚਿੱਟਾ ਨਿਸ਼ਾਨ ਸਾਹਿਬ ਲਹਿਰਾਇਆ ਜਾਂਦਾ ਸੀ, ਸਮਾਂ ਆਇਆ ਨੀਲਾ ਨਿਸ਼ਾਨ ਸਾਹਿਬ ਲਹਿਰਾਇਆ ਗਿਆ, ਸਮਾਂ ਆਇਆ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ। ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਸਿੱਖਾਂ ਦਾ ਰਾਜ ਸੀ ਨਿਸ਼ਾਨ ਕੇਸਰੀ ਨਿਸ਼ਾਨ ਸਾਹਿਬ ਇਹ ਨਿਸ਼ਾਨ ਸਨ ਸਾਡੇ। ਸਮਾਂ ਆਇਆ ਵਿੱਚ ਬਸੰਤੀ ਨਿਸ਼ਾਨ ਸਾਹਿਬ ਵੀ ਲਹਿਰਾਇਆ। ਸਮੇਂ ਸਮੇਂ ਦੇ ਉੱਪਰ ਵੱਖ ਵੱਖ ਪੰਥ ਦੀਆਂ ਖੇਡਾਂ ਨੇ ਇਹ ਫੈਸਲੇ ਪੰਥ ਦੇ ਰਹੋ ਵਿਚਾਰ ਕੇਸਰੀ ਦਸਤਾਰ ਪਾਉਣ ਨੂੰ ਕਹਿ ਦਿੱਤਾ ਗਿਆ, ਸਕੂਲੋਂ ਕਰ ਦਿੱਤਾ। ਭਾਈ ਯੁਵਰਾਜ ਸਿੰਘ ਤੂਫਾਨ ਬਾਹਰ ਗੇਟਾਂ ਦੇ ਵਿੱਚ ਬੈਠਾ, ਸਰਕਾਰੀ ਅਫਸਰ ਆਇਆ, ਸਰਕਾਰੀ ਅਫਸਰ ਦੇ ਅੱਗੇ ਆਪਣਾ ਵਿਰੋਧ ਜਤਾਇਆ। ਵਿਰੋਧ ਜਤਾਉਣ ਦੇ ਕਰਕੇ ਭਾਈ ਯੁਵਰਾਜ ਸਿੰਘ ਤੂਫਾਨ ਦਾ ਸਕੂਲ ਦੇ ਵਿੱਚੋਂ ਪੱਕੇ ਤੌਰ ਤੇ ਨਾਂ ਕਰ ਗਿਆ। ਦਸਵੀਂ ਕਲਾਸ ਦੇ ਪੇਪਰ ਦਿੱਤੇ ਸਨ, ਜਦੋਂ ਪੁਲਿਸ ਵਾਲੇ ਚੱਕ ਕੇ ਲੈ ਗਏ
ਜੇਲ੍ਹ ਵਿੱਚ ਸੀ ਜਿਹੜਾ 10ਵੀਂ ਦਾ ਗਲਤ ਆਉਂਦਾ ਤੇ ਨੰਬਰ ਇੰਨੇ ਕੁ ਸਨ ਕਿ ਮਾਪਿਆਂ ਨੂੰ ਮਾਣ ਸੀ ਆਪਣੇ ਪੁੱਤਰੇ ਦੀ ਪੜ੍ਹਾਈ ਦੇ ਵਿੱਚ ਆਇਆ ਸ਼ਾਸਤਰ ਵਾਲੇ ਪਾਸੇ ਨੂੰ ਮੁੰਦ ਸੀ ਪੜ੍ਹਨਾ ਚਾਹੁੰਦਾ ਸੀ ਮਾਪੇ ਵੀ ਪੜ੍ਹਾਉਣਾ ਚਾਹੁੰਦੇ ਸਨ ਪਰ ਹਾਲਾਤ ਏਦਾਂ ਦੇ ਬਣੇ ਹੋਏ ਪੜ੍ਹਨ ਵਾਲੇ ਨੌਜਵਾਨ ਨੂੰ ਹਥਿਆਰਾਂ ਨੂੰ ਹੱਥ ਪਾਉਣਾ ਪੈ ਗਿਆ ਹਥਿਆਰਾਂ ਨੂੰ ਹੱਥ ਪਾਉਣਾ ਪੈ ਗਿਆ ਕਿਉਂਕਿ ਥਾਂ ਥਾਂ ਦੇ ਉੱਤੇ ਗੁਰਮਤ ਦੇ ਸਿਧਾਂਤ ਦੀਆਂ ਧੱਜੀਆਂ ਬਣਾਈਆਂ ਜਾ ਰਹੀਆਂ ਸਨ ਕੋਈ ਆਪਣੇ ਆਪ ਨੂੰ ਗੁਰੂ ਨਾਨਕ ਦਾ ਅਵਤਾਰ ਬਣ ਕੇ ਰੱਖਿਆ ਸੀ ਕੋਈ ਸ਼ਰਮ ਤੇ ਕਰ ਗਿਆ ਲੋਕ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਬਣ ਗਿਆ ਸੀ ਕੋਈ ਕੁਝ ਕੁਝ ਕੋਈ ਕੁਝ ਕੋਈ ਬਾਬੇ ਆਪਣੇ ਆਪ ਨੂੰ ਸਭ ਕੁਝ ਦੱਸਦੇ ਸਨ ਗੁਰਮਤ ਦੇ ਸਿਧਾਂਤ ਤੋਂ ਉਲਟ ਉਹ ਕਰਮ ਕਾਂਡ ਕਰਵਾ ਰਹੇ ਸਨ ਜਿਹੜੇ ਕਰਮ ਕਾਂਡਾਂ ਨੂੰ ਮਿਟਾਉਣ ਦੀ ਖਾਤਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਦੇ ਮੱਕੇ ਦੀ ਧਰਤੀ ਕਦੇ ਬਗਦਾਦ ਦੀ ਧਰਤੀ ਕਦੇ ਜਗਨਨਾਥਪੁਰੀ ਦੀ ਧਰਤੀ ਕਦੇ ਹਰਿਦਵਾਰ ਦੀ ਧਰਤੀ ਤੇ ਜਾ ਕੇ ਸਮੇਂ ਦੇ ਉਸ ਵੇਲੇ ਦੇ ਪੁਜਾਰੀਆਂ ਦੇ ਨਾਲ ਟੱਕਰ ਲਈ ਸਮੇਂ ਦੇ ਪੁਜਾਰੀਆਂ ਇਹ ਗੱਲ ਕਹਿਣ ਦੇ ਵਿੱਚ ਦਾਸ ਕੁਝ ਸੰਕੋਚ ਨੇ ਹਰ ਸਾਡੇ ਵੀ ਕੁਝ ਪੁਜਾਰੀ ਸਾਨੂੰ ਪਖੰਡ ਵਾਚ ਪਾ ਰਹੇ ਸਾਨੂੰ ਗੁਰਮਤਿ ਦੇ ਸਿਧਾਂਤ ਤੋਂ ਜਾਣੂ ਹੋਣਾ ਚਾਹੀਦਾ ਗੁਰਬਾਣੀ ਨੂੰ ਪੜ੍ਹਨਾ ਚਾਹੀਦਾ ਅੱਜ ਸਾਡੇ ਵਿੱਚ ਇੱਕ ਬਹੁਤ ਵੱਡੀ ਗੱਲ ਬਾਤ ਦਿੱਤੀ ਵੀ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਚਾਹੀਦਾ ਤੇ ਜੇ ਸਤਿਗੁਰ ਨੂੰ ਪੁੱਛੀਏ ਦਰਬਾਰ ਮਹਾਰਾਜ ਜੀ ਕਹਿੰਦੇ ਤੀਰਥ ਨਹਾਉਣ ਜਾਓ ਤੀਰਥ ਨਾਮ ਤੀਰਥ ਤਾਂ ਸਭ ਤੋਂ ਵੱਡਾ ਪਰਮਾਤਮਾ ਦਾ ਨਾਮ ਘਰੇ ਬੈਠਿਆਂ ਪਰਮਾਤਮਾ ਦਾ ਨਾਮ ਜਪੋ ਤੇ ਤੀਰਥ ਨਹਾ ਲਿਆ ਪਰ ਅਸੀਂ ਇਹ ਸਮਝਦੇ ਹਾਂ ਵੀ ਗਲਤੀ ਅਸੀਂ ਕੀਤੀ ਹੈ ਕਰੋਨੇ ਦੀ ਧਰਤੀ ਤੇ ਹਜ਼ੂਰ ਸਾਹਿਬ ਦੀ ਯਾਤਰਾ ਕੀਤੀ ਤੇ ਸਾਡੇ ਪਾਪ ਮਿਟ ਗਏ ਮੁੜ ਕੇ ਫਿਰ ਆਏ ਕਰੋਨੇ ਦੀ ਧਰਤੀ ਤੇ ਫਿਰ ਉਹੀ ਕੁਝ ਕਰ ਲਿਆ ਇਹ ਸਾਡੇ ਵਿੱਚ ਅੱਜ ਪਖੰਡ ਵੱਲ ਪਾਲਿਆ ਗਿਆ ਬਹੁਤ ਵੱਡਾ ਸਾਡੇ ਇੱਥੇ ਬਾਤ ਦਿੱਤਾ ਗਿਆ ਜਿਹੜਾ ਗੁਰੂ ਪਾਤਸ਼ਾਹ ਕਹਿੰਦਾ ਵੀ ਕੋਈ ਲਿਮਿਟ ਹੀ ਨਹੀਂ ਉਮਰ ਦੀ ਇਸ ਘਰ ਦੇ ਵਿੱਚ 72 ਸਾਲਾਂ ਦੀ ਉਮਰ ਦੇ ਵਿੱਚ ਵੀ ਗੁਰਦਾ ਗੱਡੀ ਮਿਲਦੀ ਹੈ ਇਸ ਘਰ ਸਭਾ 50 ਸਾਲਾਂ ਦੀ ਉਮਰ ਚ ਵੀ ਗੁਰਦਾ ਗੱਡੀ ਮਿਲਦੀ ਹੈ ਕੋਈ ਲਿਮਿਟ ਨਹੀਂ ਉਮਰ ਦੀ ਇਸ ਘਰ ਦਾ 2 ਮਹੀਨਿਆਂ ਦਾ ਬੱਚਾ ਵੀ ਜਹਾਂ ਸ਼ਹਾਦਤ ਪ੍ਰਾਪਤ ਕਰਦਾ ਇਸ ਘਰ ਦਾ 93 ਸਾਲਾਂ ਦੇ ਬਾਬੇ ਉਹ ਵੀ ਖੰਡਾ ਫੜ ਕੇ ਪਹੁੰਚਦੇ ਕੋਈ ਲਿਮਿਟ ਨਹੀਂ ਪਰ ਅੱਜ ਦੇ ਪਖੰਡੀ ਪੁਜਾਰੀਆਂ ਨੇ ਕੀ ਲਿਮਿਟ ਸੈੱਟ ਕਰਤੀ ਵੀ ਫਲਾਨੇ ਸਥਾਨ ਤੇ 60 ਸਾਲ ਦੀ ਉਮਰ ਚ ਆ ਜਾਓ ਤਾਂ ਫਾਇਦਾ ਨਹੀਂ ਤਾਂ ਕੋਈ ਫਾਇਦਾ ਨਹੀਂ ਵੀ 60 ਸਾਲ ਤੱਕ ਆ ਜਾਓ ਵੱਡਾ ਜਿਹਾ ਕਾਰਨ ਇਹ ਹੈ ਵੀ 60 ਸਾਲਾਂ ਤੱਕ ਤੁਸੀਂ ਆਪ ਪੈਸੇ ਕਮਾਉਂਦੇ ਹੋ ਤੇ ਵੱਧ ਦਾਨ ਕਰ ਸਕਦੇ ਹੋ ਬਸ ਨਿਆਣਿਆਂ ਤੋਂ ਮੰਗਣੇ ਪੈਣੇ ਕਿੰਨਾ ਕੁ ਦੇ ਕੇ ਜਾਓਗੇ ਪੁਜਾਰੀਆਂ ਇਹ ਗੱਲ ਸੱਚ ਹੈ ਅੱਜ ਤੱਕ ਔਰ ਸੱਚ ਦਾ ਵਿਚਾਰ ਗੁਰਮਤਿ ਦੇ ਸਿਧਾਂਤ ਨੂੰ ਲਾਗੂ ਕਰਵਾਉਣ ਦੇ ਵਾਸਤੇ ਭਾਈ ਜਗਰਾਜ ਸਿੰਘ ਤੂਫਾਨ ਨੂੰ ਆਪਣੇ ਇਲਾਕੇ ਦੇ ਵਿੱਚ ਸ਼ਸਤਰਧਾਰੀ ਹੋ ਕੇ ਜੁਟਣਾ ਪਿਆ ਹਾਲਾਤ ਐਸੇ ਬਣੇ ਸਨ ਪੰਜਾਬ ਦੇ ਵਿੱਚ 1987 ਦੇ ਵਿੱਚ ਮਿਲਟਰੀ ਲਾ ਦਿੱਤਾ ਗਿਆ ਰਾਸ਼ਟਰਪਤੀ ਸ਼ਾਸਨ ਲਾ ਦਿੱਤਾ ਗਿਆ 1985 ਤੋਂ 1987 ਬਰਨਾਲਾ ਸਰਕਾਰ 1987 ਦੇ ਬਰਨਾਲਾ ਸਰਕਾਰ ਭੰਗ ਕਰਕੇ ਰਾਸ਼ਟਰਪਤੀ ਸ਼ਾਸਨ ਲਾਇਆ ਤੇ ਬਟਾਲੇ ਦਾ SSP ਲਾਇਆ ਗੋਬਿੰਦਰ ਆਮ ਇਹ ਗੋਬਿੰਦਰ ਆਮ ਨੇ ਸਿੱਖਾਂ ਦੇ ਨਾਲ ਜ਼ੁਲਮ ਕਮਾਇਆ ਮਰਦਾਂ ਦਾ ਮੁਕਾਬਲਾ ਮਰਦਾਂ ਦੇ ਨਾਲ ਹੁੰਦਾ ਮਰਦਾਂ ਦੀ ਦੁਸ਼ਮਣੀ ਮਰਦਾਂ ਦੇ ਨਾਲ ਮਰਦ ਗਿਣੇ ਉਹਨੂੰ ਜਾਂਦਾ ਮੇਰਾ ਮਰਦ ਦਾ ਮੁਕਾਬਲਾ ਕਰੇ ਜੇ ਮੇਰੀ ਕਿਸੇ ਦੀ ਦੁਸ਼ਮਣੀ ਆ ਤਾਂ ਉਹਦਾ ਮੁਕਾਬਲਾ ਕਰਾਂ ਜੇ ਮੈਂ ਹੱਸੀਆਂ ਔਰਤਾਂ ਤੇ ਵਾਰ ਕਰਾਂ ਮੈਨੂੰ ਕਿਹਨੇ ਮਰਦ ਸੂਰ ਮਾਰੇ ਦੱਸੋ ਮੇਰੇ ਤੋਂ ਵੱਡਾ ਕਾਇਰ ਕੋਈ ਨਹੀਂ ਇਹ ਗੋਬਿੰਦਰ ਆਮ ਸਿੱਖਾਂ ਨੂੰ ਸਬਕ ਸਿਖਾਉਣ ਲਈ ਇਹ ਆਪਣੇ ਆਪ ਨੂੰ SSP ਜਿਹੜਾ ਬਣਿਆ ਹੋਇਆ ਪੜ੍ਹਿਆ ਲਿਖਿਆ ਰੱਖਵਾਉਂਦਾ ਇਹ ਔਰਤਾਂ ਤੋਂ ਵੀ ਜੁਰਮ ਕਮਾਉਣਾ ਸ਼ੁਰੂ ਕੀਤਾ ਗਰਭਵਤੀ ਮਹਿਲਾ ਉਹਦੇ ਢਿੱਡ ਤੇ ਲੱਤਾਂ ਮਾਰੀਆਂ ਕਹਿੰਦਾ ਜਿਹੜਾ ਬੱਚਾ ਜੰਮੇਗਾ ਇਹ ਸਰਕਾਰ ਦਾ ਬਾਕੀ ਜੰਮੇਗਾ ਸਿੱਖ ਇਹਨੂੰ ਜੰਮਣਾ ਹੀ ਨਹੀਂ ਤੇ ਇੱਥੋਂ ਤੱਕ ਕਹਿੰਦਾ ਸੀ ਕਹਿੰਦਾ ਇੱਕ ਗੁਰੂ ਗੋਬਿੰਦ ਸਿੰਘ ਨੇ ਤੁਹਾਨੂੰ ਅੰਮ੍ਰਿਤ ਪਿਲਾਇਆ ਤੇ ਉਹ ਅੰਮ੍ਰਿਤ ਨੂੰ ਤੁਸੀਂ ਯਾਦ ਰੱਖਦੇ ਹੋ ਤੇ ਆ ਗੋਬਿੰਦ ਰਾਮ ਦਾ ਸਬਦ ਵਰਤਣ ਲੱਗਾ ਤੇ ਉਹਦੇ ਲਫ਼ਜ਼ ਨੇ ਕਹਿੰਦਾ ਮੈਂ ਤੁਹਾਨੂੰ ਪਿਸ਼ਾਬ ਪਿਲਾ ਰਿਹਾ ਇਹ ਵੀ ਛਕੋ
ਤੇ ਇਹ ਗੱਲ ਕਹਿੰਦਾ ਸੀ ਦੇਖੋ ਉਹ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ, ਤੁਹਾਡੀਆਂ ਨਸਲਾਂ ਆ ਗੋਬਿੰਦ ਰਾਮ ਨੂੰ ਚੇਤੇ ਰੱਖਣਗੀਆਂ ਵੀ ਕੋਈ SSP ਆਇਆ ਗੋਬਿੰਦ ਰਾਮ ਜਿਹੜੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦੇ। ਇੰਨਾ ਹੰਕਾਰਿਆ ਗਿਆ। ਭਾਈ ਗੁਰਦਾਸ ਸਿੰਘ ਤੂਫਾਨ ਨੇ PAP ਦੇ ਵਿੱਚ ਭਰੀ ਫੌਜ ਦੇ ਪਹਿਰੇ ਦੇ ਵਿੱਚ ਇਹਦਾ ਸੋਟਾ ਲਾਇਆ ਬੰਬ ਦੇ ਨਾਲ ਸਿਰ ਉਡਾਇਆ। ਜਿਸ ਵੇਲੇ ਇਹ ਉਡਾਇਆ ਗਿਆ ਬੰਬ ਦੇ ਨਾਲ ਸਰਕਾਰਾਂ ਨੂੰ ਪੈ ਗਏ ਫਿਕਰ, 40 ਲੱਖ ਦਾ ਇਨਾਮ ਰੱਖਿਆ, ਸੂਏ ਮਗਰ ਛੱਡ ਦਿੱਤੇ ਗਏ। ਇਹਦੇ ਨਾਲ ਖੁਦ ਗੱਦਾਰ ਜਿਹੜੇ ਨੇ ਉਹ ਜੋੜ ਦਿੱਤੇ ਗਏ। ਸਿੱਖ ਕੌਮ ਨੂੰ ਜਦੋਂ ਮਾਰ ਪਈ ਹੈ ਗੱਦਾਰਾਂ ਤੋਂ ਮਾਰ ਪਈ ਹੈ। ਸਿੱਖ ਨੂੰ ਜੇ ਸਿੱਖ ਨਾ ਮਾਰੇ ਤਾਂ ਸਿੱਖ ਕਦੇ ਨਾ ਮਾਰੇ। ਅੱਜ ਵੀ ਜੇ ਗੁਰਮਤ ਦੇ ਸਿਧਾਂਤ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ, ਗੁਰੂ ਦੇ ਨਾਮ ਤੇ ਗੁਰਦੁਆਰੇ ਬਣਾ ਕੇ ਨਾ ਸੰਗਤ ਰਹਿਣ ਦਿੱਤੀ ਤੇ ਨਾ ਸੰਗਤ ਰਹਿਣ ਦਿੱਤੀ। ਹੈ ਦੇਖਣ ਨੂੰ ਸਿੱਖ ਹੀ ਨੇ, ਕਹਾਉਂਦੇ ਸਿੱਖ ਹੀ ਨੇ, ਪਰ ਜੇ ਸਿੱਖ ਸਿੱਖ ਨੂੰ ਨਾ ਮਾਰੇ ਸਿੱਖ ਕਦੇ ਨਾ ਹਾਰੇ। ਨਾਲ ਗੱਦਾਰ ਲੜਾ ਦਿੱਤਾ ਗਿਆ ਤੇ ਇਹ ਗੱਦਾਰ ਨੇ ਫਿਰ ਗੱਦਾਰੀ ਕੀਤੀ। ਸਮਾਂ ਆ ਗਿਆ 7 ਅਪ੍ਰੈਲ 1990 ਦਾ। ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਭਾਈ ਗੁਰਦਾਸ ਸਿੰਘ ਤੂਫਾਨ ਮਾਝੇ ਦੀ ਧਰਤੀ ਤੇ ਮਕਬੂਲ ਹੈ, ਮਾਝੇ ਦੇ ਧਰਤੀ ਨੂੰ ਛੱਡ ਕੇ ਜਾ ਰਿਹਾ, ਹਿੰਦੂਆਂ ਨੂੰ ਘਰੋ ਘਰ ਵਸਾਇਆ, ਇਹ ਵਾਅਦਾ ਕੀਤਾ। ਮੇਰੇ ਵੀਰੋ, ਮੇਰੀਓ ਭੈਣੋ, ਮੈਂ ਤੁਹਾਡਾ ਭਰਾ ਖੜਾ, ਤੁਹਾਡੇ ਤੇ ਕੋਈ ਜ਼ੁਲਮ ਕਰਨਾ ਮੈਨੂੰ ਦੱਸੋ, ਮੈਂ ਤੁਹਾਡੀ ਢਾਲ ਬਣ ਕੇ ਅੱਗੇ ਆਵਾਂਗਾ। ਕਿ ਹਿੰਦੂ ਕੀ ਮੁਸਲਮਾਨ ਕੀ ਸਿੱਖ, ਸਾਰੇ ਭਾਈ ਗੁਰਦਾਸ ਸਿੰਘ ਤੂਫਾਨ ਦਾ ਮਾਣ ਕਰਦੇ ਨੇ ਤੇ ਜਿਹੜੇ ਗੱਦਾਰ ਨੇ ਉਹ ਆਪਣੇ ਕੰਮ ਲੱਗੇ ਹੋਏ। 7 ਅਪ੍ਰੈਲ 1990 ਵਾਲੇ ਦਿਨ ਸ਼ਾਮਾਂ ਦੇ ਸਮੇਂ ਸ਼ਮਸ਼ਾ ਪਿੰਡ ਦੇ ਵਿੱਚ ਮੁਕਾਬਲਾ ਹੁੰਦਾ ਹੈ। ਇਸ ਮੁਕਾਬਲੇ ਦੇ ਵਿੱਚੋਂ ਭਾਈ ਗੁਰਦਾਸ ਸਿੰਘ ਤੂਫਾਨ, ਭਾਈ ਬਖਸ਼ੀਸ਼ ਸਿੰਘ ਸੀਰਾ ਤੇ 3 ਹੋਰ ਸਿੰਘ ਬਚ ਕੇ ਨਿਕਲਦੇ ਨੇ। ਰਾਤ ਪਹੁੰਚਦੇ ਨੇ ਮਾੜੀ ਗੁੱਟੀਆਂ ਦੇ ਵਿੱਚ, ਮਾੜੀ ਗੁੱਟੀਆਂ ਦੀ ਬਹਿਸ ਤੇ ਆ ਕੇ ਰਾਤ ਕੱਢਦੇ ਨੇ। ਭਾਈ ਜੁਗਰਾਜ ਸਿੰਘ ਤੂਫਾਨ ਨੂੰ ਮਤਲਬ ਨੇ 2 ਹਫ਼ਤਿਆਂ ਤੋਂ ਪੀਲੀਆ ਹੋਇਆ ਹੈ, ਬਿਮਾਰ ਹੈ। ਘਰਦਿਆਂ ਨੂੰ ਕਿਹਾ ਗਿਆ ਵੀ ਬਾਕੀ ਪਛਾਣਾ ਛੱਡਣਗੇ। ਭਾਈ ਜੁਗਰਾਜ ਸਿੰਘ ਤੂਫਾਨ ਕਹਿੰਦਾ ਮੈਨੂੰ ਕੁਝ ਖਿਚੜੀ ਬਣਾ ਦਿਓ। ਥੋੜੀ ਜਿਹੀ ਖਿਚੜੀ ਛੱਡੀ, ਆਰਾਮ ਕਰਨ ਲੱਗ ਪਿਆ। ਗੱਦਾਰ ਨੇ ਦੇਖ ਲਿਆ ਵੀ ਅੱਜ ਮਾਮਲਾ ਸੁਲਮ ਹੈ। 20 ਸਾਲਾਂ ਦਾ ਨੌਜਵਾਨ ਭਾਈ ਜੁਗਰਾਜ ਸਿੰਘ ਤੂਫਾਨ ਬਿਮਾਰ ਪਿਆ। ਧੋਖਾ ਦੇਣ ਦੇ ਵਾਸਤੇ ਕਹਿੰਦਾ ਜੁਗਰਾਜ ਸਿੰਘ ਜੀ ਮੈਂ ਤੁਹਾਡੇ ਵਾਸਤੇ ਸ਼ਹਿਰ ਹਵਾਈ ਲੈ ਕੇ ਆਉਣਾ, ਨਾਲੇ ਕੁਝ ਫਲ ਫਰੂਟ ਲੈ ਕੇ ਆਉਣਾ। ਭਾਈ ਜੁਗਰਾਜ ਸਿੰਘ ਤੂਫਾਨ ਕਹਿੰਦਾ ਚੰਗੀ ਗੱਲ ਹੈ। ਜਦੋਂ ਜਾਣ ਲੱਗਾ ਭਾਈ ਜੁਗਰਾਜ ਸਿੰਘ ਤੂਫਾਨ ਦੇ ਸ਼ਸਤਰ AK-94 ਦੀ ਭੇਟ ਵੱਧ ਗਿਆ ਤੇ ਚਲਾ ਗਿਆ ਜਾ ਕੇ ਮੁਕਬਰੀ ਕਰਤੀ। ਅੰਮ੍ਰਿਤ ਵੇਲੇ ਸੁਬਾਹ ਦੇ 6:30 ਵਜੇ ਆ ਕੇ ਪੁਲਿਸ ਨੇ ਪਾਲਿਆ ਘੇਰਾ। ਜਿਸ ਵੇਲੇ ਬੈਂਕ ਵਾਲੇ ਪਰਿਵਾਰ ਦਾ ਜਵਾਈ ਕਿਤੇ ਚੱਲਿਆ, ਉਹਨੇ ਆ ਕੇ ਦੱਸਿਆ ਵੀ ਘਰ ਨੂੰ ਘੇਰਾ ਪੈ ਗਿਆ, ਘਰ ਦੇ ਬੰਦੇ ਨਾ ਮਰਨ। ਭਾਈ ਜੁਗਰਾਜ ਸਿੰਘ ਤੂਫਾਨ ਕਹਿੰਦਾ ਘਰ ਨੂੰ ਛੱਡ ਕੇ ਕਮਾਦ ਵੱਲ ਨੂੰ ਬੋਲੇ ਤੇ ਕਈ ਵਾਰ ਇਹ ਦਿਖਾਇਆ ਜਾਂਦਾ ਵੀ ਘਰ ਨੂੰ ਮੁਕਾਬਲਾ ਹੋਇਆ, ਪਰ ਜਿਹੜੀਆਂ ਲਿਖਤਾਂ ਨੇ ਉਹ ਇਹ ਦੱਸਦੀਆਂ ਨੇ ਵੀ ਉਹ ਵੀ ਚਾਹੁੰਦਾ ਸੀ ਵੀ ਬੈਂਕ ਵਾਲਿਆਂ ਦਾ ਨੁਕਸਾਨ ਹੋਵੇ, ਘਰਦਿਆਂ ਦਾ ਨੁਕਸਾਨ ਹੋਵੇ। ਭਾਈ ਜੁਗਰਾਜ ਸਿੰਘ ਤੂਫਾਨ, ਭਾਈ ਬਖਸ਼ੀਸ਼ ਸਿੰਘ ਸੀਰਾ, ਭਾਈ ਜੁਗਰਾਜ ਸਿੰਘ ਤੂਫਾਨ ਕਹਿਣ ਲੱਗਾ ਸਿੰਘੋ ਸਮਾਂ ਆ ਗਿਆ ਜਾਣ ਤੇ, ਵਰਨਾ ਜਾਣ ਨਿਕਲਣਾ, ਜਾਣ ਦੇ ਘੇਰੇ ਨੂੰ ਤੋੜ ਕੇ ਨਿਕਲ ਲਓ ਜਿੰਨੇ ਨਿਕਲ ਸਕਦੇ ਹੋ, ਨਹੀਂ ਤਾਂ ਇੱਕ ਗੱਲ ਚੇਤੇ ਰੱਖੋ, ਪਹਿਲਾ ਮਰਨ ਕਬੂਲ ਹੈ, ਜੀਵਨ ਕੀ ਛੱਡ ਆਸ, ਉਹ ਸਭਨਾ ਪ੍ਰੇਰਕਾ ਤੋ ਆਓ ਹਮਾਰੇ ਪਾਸ। ਇਹ ਸਤਿਗੁਰ ਦੇ ਵਚਨ ਨੇ, ਮਰਨ ਦੇ ਵਾਸਤੇ ਤਿਆਰ ਹੋ ਜਾਓ, ਜਾਵੇਂ ਸ਼ਹਾਦਤ ਪ੍ਰਾਪਤ ਕਰਨਾ ਹੈ। ਤੇ ਆ ਕੇ ਅਕਾਲ ਨੂੰ AK-93 ਨੂੰ ਜਦੋਂ ਪਾਇਆ ਹੱਥ, ਟਿਕਟ ਲੱਗਾ ਦਬਾਉਣ, ਕੀ ਦੇਖਦਾ ਵੀ ਪਿੰਨ ਨਿਕਲੀ ਹੋਈ ਤੇ ਗੋਲੀ ਵਿੱਚ ਫਸ। ਪਰ ਜੁਗਰਾਜ ਸਿੰਘ ਤੂਫਾਨ ਜਾਣ ਗਿਆ ਵੀ ਗੱਦਾਰ ਗੱਦਾਰੀ ਕਰ ਗਿਆ। ਬਖਸ਼ੀਸ਼ ਸਿੰਘ ਨੇ ਆਪਣੇ ਵਾਲੀ AK-47 ਫੜਾਈ ਹੈ ਜੁਗਰਾਜ ਸਿੰਘ ਤੂਫਾਨ ਨੂੰ ਲੈ ਕੇ ਹੱਥ ਵਿੱਚ AK-47 ਭਾਈ ਜੁਗਰਾਜ ਸਿੰਘ ਤੂਫਾਨ, ਭਾਈ ਬਖਸ਼ੀਸ਼ ਸਿੰਘ ਸੀਰਾ
ਮਾੜੀ ਗੁੱਸੀਆਂ ਦੇ ਵਿੱਚ ਭਾਰਤ ਦੀ ਆਈ ਹੋਈ ਫੌਜ ਦੇ ਮੁਕਾਬਲੇ ਤੇ ਆਏ ਨੇ ਧਿਆਨ ਕੇ ਅਕਾਲ ਨੂੰ ਪੜਿਆ ਬਾਣੀ ਨੂੰ ਨੁਕਾਰਕ ਪ੍ਰਨਾਸੀ ਦਿਆਲਕ ਸਰੂਪੇ ਸਾਡਾ ਅੰਗ ਸੰਗੇ ਅਪੰਗੰਗ ਵਿਭੂਤੇ ਕਹਿ ਕੇ ਆਈ ਹੋਈ ਫੌਜ ਤੇ ਭਰਮਾ ਮਾਰ ਰਹੀ ਹੈ। Thank you.
ਸਾਡੇ ਅੱਖਾਂ ਦੇ ਨਹੀਂ
ਖਰੀਦ ਹੁੰਦੇ ਦਸੇਕ ਜਾਲਮ ਦੀ ਜਿਹਨੂੰ ਚਟਕਾਉਂਦੀ ਏ ਢਹਿਦੇ ਦਿਲਾਂ ਦੀ ਉਹ ਉਮੀਦ ਹੁੰਦੇ ਪੂਜਣ ਜੋਗ ਨੇ ਸਫਰੀ ਉਹ ਥਾਵਾਂ ਜਿੱਥੇ ਮਾਵਾਂ ਦੇ ਪੁੱਤ ਸ਼ਹੀਦ ਹੁੰਦੇ ਭਾਈ ਜੁਗਰਾਜ ਸਿੰਘ ਤੂਫਾਨ ਦੀ ਮੌਤ ਤੇ ਪੰਜਾਬ ਦਾ ਕਣ ਕਣ Thank you.
ਸਰਦਾਰ ਬਣਾਉ
ਰਾਜ ਕਰਨ ਕੋ ਬਲ ਸਮਝਾਓ ਸਵਾ ਲੱਖ ਤੇ ਇੱਕ ਲੜਾਓ ਤਵੇ ਗੋਬਿੰਦ ਸਿੰਘ ਨਾਮ ਕਹਾਉ ਚਿੜੀਓ ਸੇ ਮੈਂ ਬਾਜ ਕਰਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਜਿਸੜੋ ਸੇ ਮੈਂ ਸ਼ੇਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਐਸੇ ਮਹਾਨ ਪਰਮਕਾਰੀ ਸਤਿਗੁਰ ਦੇ ਮਹਾਨ ਵੀਰ ਸਪੂਤਾਂ ਦਾ ਅੱਜ ਸ਼ਹੀਦੀ ਦਿਹਾੜਾ ਕੌਮ ਦੇ ਸਮੂਹ ਸ਼ਹੀਦਾਂ ਦਾ ਧਿਆਨ ਕਰਕੇ ਆਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਹੋਈਆਂ ਵਿਅਰਥ ਪੁਰਾਣ ਗਲਤੀਆਂ ਦੀ ਖਿਮਾ ਇਹ ਵਿਸਾਖੀ ਦੇ ਦਿਹਾੜੇ ਔਰ ਇਹ ਰੋਜ਼ ਦਾ ਇਤਿਹਾਸ ਜੋ ਅੱਜ ਦਾ ਇਤਿਹਾਸ ਐਂਡੇ ਦਿਨਾਂ ਦੇ ਵਿੱਚ ਵੀ ਜਤਨ ਕਰਾਂਗੇ ਗੁਰਗ੍ਰੰਥ ਪਾਤਸ਼ਾਹ ਜੀ ਦੇ ਪਾਏ ਹੋਏ ਪੂਰ ਨੇ ਉਹਨਾਂ ਦੇ ਵੀਰ ਸਪੂਤਾਂ ਦੇ ਪਾਏ ਹੋਏ ਪੂਰ ਨੇ ਆਪ ਜੀ ਦੇ ਨਾਲ ਸਾਂਝੇ ਕਰੀਏ ਇਸ ਵਾਸਤੇ ਨਾਲ ਥੋੜ੍ਹਾ ਜਿਹਾ ਜਤਨ ਕਰੀਏ ਪਿਛਲੇ ਕੁਝ ਦਿਨਾਂ ਤੋਂ ਅਰਦਾਸ ਦਾ ਗਲਾ ਥੋੜ੍ਹਾ ਖਰਾਬ ਹੈ ਇਸ ਲਈ ਅਰਦਾਸ ਮਾਫੀ ਚਾਹੁੰਦਾ ਜਤਨ ਕਰ ਰਿਹਾ ਹਾਂ ਆਪ ਜੀ ਦੇ ਨਾਲ ਇਤਿਹਾਸ ਦੀ ਸਾਂਝ ਕਰਾਵਾਂ ਹੋਈਆਂ ਵਿਅਰਥ ਭੁੱਲਾਂ ਗਲਤੀਆਂ ਦੀ ਖਿਮਾ ਜਥੇ ਦੇ ਵਿੱਚ ਸੇਵਾ ਨਿਭਾ ਰਹੇ ਨੇ ਢਾਡੀ ਅਮਨਦੀਪ ਸਿੰਘ ਅਮਨਸੂਰ ਮਕਸੂਰਪੁਰ ਨੇੜੇ ਮੱਕਾ ਨਵਾਂ ਸ਼ਹਿਰ ਸਰੰਗੀ ਮਾਸਟਰ ਭਾਈ ਗੁਰਪ੍ਰੀਤ ਸਿੰਘ ਜੀ ਮਸ਼ਹੂਰ ਔਰ ਇਧਰਲੇ ਪਾਸੇ ਢਾਡੇ ਉੱਤੇ ਸੇਵਾ ਨਿਭਾ ਰਹੇ ਸਨ ਭਾਈ ਹਰਜੀਤ ਸਿੰਘ ਜੀ ਘਰਿਆੜਾ ਤਰਨ ਤਾਰਨ ਦਾਸ ਅਮਨਦੀਪ ਸਿੰਘ ਭੁੱਲਾ ਆਏ ਫਗਵਾੜੇ ਵਾਲਾ ਢਾਡੀ ਜੱਥਾ ਹੋਈਆਂ ਵਿਅਰਥ ਭੁੱਲਾਂ ਗਲਤੀਆਂ ਦੀ ਖਿਮਾ ਸਤਿਗੁਰ ਸਭਨਾ ਦੀ ਹਾਜ਼ਰੀ ਦਾ ਪ੍ਰਵਾਨ ਕਰ ਵਿਅਰਥ ਮਾਇਆ ਆਈ ਸਤਿਗੁਰ ਸਭਨਾ ਦੇ ਕਾਰਨ ਨਾਸ ਕਰਨ ਸਭਨਾ ਦੇ ਹਮੇਸ਼ਾ ਰਹੀ ਰਹਾਂਗੇ ਆਓ ਛੇ ਪੌੜੀਆਂ ਅਨੰਦ ਸਾਹਿਬ ਜੀ ਦਾ ਜਾਪ ਅਮਰਤ ਅਰਦਾਸ ਵਿੱਚ ਰਾਮ ਕਲੀ ਮਹਲਾ ਕੀ ਜੈ ਅਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਵੀ ਮਾਈ ਸਤਿਗੁਰੂ ਮੈਂ ਪਾਇਆ ਪਾਇਆ ਸੇ ਉਸੇਤੀ ਮਨ ਵਜੀਆਂ ਵਗਾਈਆਂ ਸੱਚੀ ਵਾਣੀ ਸਤਿ ਸਾਜ ਭਾਈ
ਦੇ ਭੁੱਖੇ ਦੀ ਛੁੱਟੀ ਨਾਲ ਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖੀ ਗੁਜਰੇ ਭੁੱਖੇ ਦੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।